ਸਤਿ ਸ੍ਰੀ ਅਕਾਲ ਵੈਲਕਮ ਟੂ ਬਲੂ ਬird ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਇਨਫੋਰਮੇਟਿਵ ਵੀਡੀਓਸ ਇਸ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆ ਤੇ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਅਸੀਂ ਕੋਸ਼ਿਸ਼ ਕਰਨੇ ਆ ਤੁਹਾਨੂੰ ਅਵੇਅਰ ਕਰਨ ਦੀ ਚੀਜ਼ਾਂ ਬਾਰੇ ਤੇ ਅੱਜ ਇੱਕ ਐਵੇਂ ਦੀ ਵੀਡੀਓ ਸ਼ੇਅਰ ਕਰਨ ਲੱਗੇ ਆ ਜਿਹਦੇ ਬਾਰੇ ਬਹੁਤ ਘੱਟ ਗੱਲ ਹੋਈ ਹੈ YouTube ਤੇ ਤੇ ਅਸੀਂ ਵੀ ਇਹ ਫਰਸਟ ਵੀਡੀਓ ਇਸ ਚੀਜ਼ ਤੇ ਬਣਾ ਰਹੇ ਆ ਤਾਂ ਬਟ ਇਹ ਚੀਜ਼ ਅਸੀਂ ਕਾਫੀ ਵਰੀ ਨੋਟਿਸ ਕੀਤੀ ਹੈ ਤੇ ਕਈਆਂ ਨੂੰ ਇਸ ਕਰਕੇ ਰਿਫਿਊਜ਼ਲਸ ਵੀ ਦੇਖਣ ਨੂੰ ਮਿਲਿਆ ਨੇ ਤੇ ਜਦੋਂ ਸਾਡੇ ਕੋਲ ਜਿਹੜੇ ਐਪਲੀਕੈਂਟ ਆਉਂਦੇ ਅਸੀਂ ਉਹਨਾਂ ਨੂੰ ਗਾਈਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹਦੇ ਬਾਰੇ ਬਟ ਅੱਜ ਅਸੀਂ ਉਹ ਤੇ ਬਾਰੇ ਵੀਡੀਓ ਬਣਾ ਰਹੇ ਹਾਂ ਵੀਡੀਓ ਐਂਡ ਤੱਕ ਦੇਖਣਾ ਕਿਉਂਕਿ ਇਹ ਗਲਤੀ ਬਹੁਤ ਜਣਿਆਂ ਨੇ ਕੀਤੀ ਹੁੰਦੀ ਹੈ ਗਲਤੀ ਬਹੁਤ ਕਾਮਨ ਹੈ ਤੁਸੀਂ ਤਾਂ ਨਹੀਂ ਗਲਤੀ ਕੀਤੀ ਹੋਈ ਤੁਹਾਡੇ ਪਾਸਪੋਰਟ ਤੇ ਐਵੀਂ ਦੀ ਚੀਜ਼ ਤਾਂ ਨਹੀਂ ਹੈ ਕਿ ਜਿਹਦੇ ਕਰਕੇ ਤੁਹਾਡਾ ਰਿਫਿਊਜ਼ਲ ਆਉਣ ਵਾਲਾ ਤੇ ਵੀਡੀਓ ਚ ਇਹਦੇ ਬਾਰੇ ਗੱਲ ਕਰਨ ਵਾਲੇ ਆ ਤੇ ਵੀਡੀਓ ਐਂਡ ਤੱਕ ਜਰੂਰ ਦੇਖਣਾ ਜੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਕਿ ਜਿਹਦੇ ਨਾਲ ਅਸੀਂ ਹੋਰ ਵੀਡੀਓਜ਼ ਜਿਹੜੀਆਂ ਨੇ ਜਿਆਦਾ ਤੇ ਜਿਆਦਾ ਇਨਫਾਰਮੇਟਿਵ ਵੀਡੀਓਜ਼ ਜਿਹੜੀਆਂ ਨੇ ਇਸ ਚੈਨਲ ਤੇ ਲੈ ਕੇ ਆਉਂਦੇ ਰਹੀ ਹੈ ਜਦੋਂ ਵੀ ਤੁਸੀਂ ਕਿਸੇ ਕੰਟਰੀ ਦੇ ਵਿੱਚ ਫਾਈਲ ਸਬਮਿਟ ਕਰਨ ਜਾਂਦੇ ਹੋ ਉਦੋਂ ਤੇ ਕਾਮਨ ਕੁਐਸਚਨ ਪੁੱਛਿਆ ਜਾਂਦਾ ਕਿ ਤੁਸੀਂ ਪਹਿਲਾਂ ਕਿਸੇ ਕੰਟਰੀ ਤੋਂ ਰਿਫਿਊਜ਼ ਤਾਂ ਨਹੀਂ ਹੋਗੇ ਕਾਫੀ ਐਪਲੀਕੈਂਟ ਕੀ ਕਰਦੇ ਆ ਕਿ ਇਨਫੋਰਮੇਸ਼ਨ ਸਹੀ ਦਿੰਦੇ ਆ ਜਿਹੜੀ ਸਹੀ ਗੱਲ ਹੈ ਤੁਹਾਨੂੰ ਇਨਫੋਰਮੇਸ਼ਨ ਪੂਰੀ ਦੇਣੀ ਚਾਹੀਦੀ ਹੈ ਕਈ ਲੋਕ ਇਹਨੂੰ ਹਾਈਡ ਕਰਨ ਦੀ ਕੋਸ਼ਿਸ਼ ਕਰਦੇ ਆ ਹਾਈਡ ਕਰ ਲੈਂਦੇ ਆ ਬਟ ਫਿਰ ਵੀ ਪਕੜੇ ਜਾਂਦੇ ਆ ਤੇ ਪਕੜੇ ਜਾਂਦਾ ਇੱਕ ਕਾਮਨ ਰੀਜ਼ਨ ਹੈ ਜਿਹੜਾ ਅੱਜ ਵੀਡੀਓ ਵਿੱਚ ਗੱਲ ਕਰਨ ਵਾਲੇ ਆ ਕਿ ਕਾਮਨ ਰੀਜ਼ਨ ਕਿਹੜਾ ਹੈ ਜਿਹਦੇ ਕਰਕੇ ਕਾਫੀ ਲੋਕ ਪਕੜੇ ਜਾਂਦੇ ਆ ਤੇ ਉਹਨਾਂ ਨੂੰ ਰਿਫਿਊਜ਼ਲ ਦਿਖਣੀ ਪੈਂਦੀ ਆ ਤੁਸੀਂ ਸ਼ੇਨਗਨ ਚ ਫਾਈਲ ਸਬਮਿਟ ਕਰਨ ਜਾ ਰਹੇ ਹੋ ਤੁਹਾਡੀ ਰਿਫਿਊਜ਼ਲ ਪਹਿਲਾਂ ਯੂਕੇ ਦੇ ਜਾਂ ਕੈਨੇਡਾ ਤੋਂ ਹੈਗੀ ਆ ਉਹ ਵੀ ਪਕੜੀ ਜਾ ਸਕਦੀ ਹੈ ਹਜੇ ਹੀ ਸ਼ੇਨਗਨ ਜਿਹੜਾ ਕਿਸੇ ਹੋਰ ਕੰਟਰੀ ਦਾ ਰਿਫਿਊਜ਼ਲ ਨਹੀਂ ਪੁੱਛਦਾ ਨਹੀਂ ਪੁੱਛਦਾ ਕਿ ਤੁਸੀਂ ਯੂਕੇ ਤੋਂ ਰਿਫਿਊਜ਼ ਹੋ ਜਾਂ ਨਹੀਂ ਨਹੀਂ ਪੁੱਛਦਾ ਕਿ ਕੈਨੇਡਾ ਤੋਂ ਰਿਫਿਊਜ਼ ਹੋ ਜਾਂ ਨਹੀਂ ਬਟ ਤੁਹਾਡੀ ਰਿਫਿਊਜ਼ਨ ਫਿਰ ਵੀ ਪਕੜੀ ਜਾ ਸਕਦੀ ਹੈ ਜੇ ਤੁਸੀਂ ਇੱਕ ਗਲਤੀ ਕੀਤੀ ਹੋਈ ਹੈ ਉਹ ਗਲਤੀ ਕੀ ਹੈ ਇੱਕ ਕਾਮਨ ਗਲਤੀ ਹੈ ਬਹੁਤ ਲੋਕ ਕਰਦੇ ਆ ਕਈ ਵਾਰੀ ਤੁਸੀਂ 에어ਪੋਰਟ ਤੇ ਵੀ ਪਕੜੇ ਜਾ ਸਕਦੇ ਹੋ 에어ਪੋਰਟ ਤੇ ਜਦੋਂ ਪਹੁੰਚਦੇ ਹੋ ਉੱਥੇ ਵੀ ਪਕੜੇ ਜਾ ਸਕਦੇ ਹੋ ਉੱਥੇ ਵੀ ਡਾਟਾ ਜਿਹੜਾ ਤੁਹਾਡਾ ਮੈਚ ਕੀਤਾ ਜਾ ਸਕਦਾ ਹੈ ਕਿ ਜਦੋਂ ਤੁਸੀਂ ਐਪਲੀਕੇਸ਼ਨ ਲਾਈ ਸੀ ਉਦੋਂ ਤਾਂ ਨਹੀਂ ਦੱਸਿਆ ਬਟ ਤੁਹਾਡੀ 에어 ਰਿਫਿਊਜ਼ਲ ਇਸ ਕੰਟਰੀ ਤੋਂ ਹੈਗੀ ਹੈ ਵੀਜ਼ਾ ਆਫਸਰ ਨੂੰ ਕਿਵੇਂ ਇੱਕਦਮ ਪਤਾ ਲੱਗ ਜਾਂਦਾ ਹੈ ਕਿ ਵਾਕਈ ਤੁਸੀਂ ਰਿਫਿਊਜ਼ਲ ਜਿਹੜੀ ਹੈ ਹਾਈਡ ਕੀਤੀ ਹੋਈ ਹੈ ਉਹ ਪਤਾ ਲੱਗਦਾ ਤੁਹਾਡੇ ਪਾਸਪੋਰਟ ਦੇ ਬੈਕ ਤੋਂ ਜਦੋਂ ਤੁਸੀਂ ਕਿਸੇ ਐਮਬੈਸੀ 'ਚ ਫਾਈਲ ਸਬਮਿਟ ਕਰਦੇ ਹੋ ਤੁਹਾਡੇ ਪਾਸਪੋਰਟ ਦੇ ਬੈਕ 'ਤੇ ਸਟicker ਲਾਇਆ ਜਾਂਦਾ ਹੈ ਜਿਵੇਂ ਹੁਣ ਇਹ ਪਾਸਪੋਰਟ ਹੈ ਇਹ ਕੈਨੇਡਾ ਦੀ ਐਮਬੈਸੀ ਤੋਂ ਹੋ ਕੇ ਆਇਆ ਹੈ ਇਹਨਾਂ ਦਾ ਵੀਜ਼ਾ ਲੱਗਾ ਹੈ ਬਟ ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਪਤਾ ਹੋਏ ਜਦੋਂ ਕੈਨੇਡਾ ਦੇ ਵੀ ਤੁਸੀਂ ਬਾਇਓਮੈਟ੍ਰਿਕ ਦੇਣ ਜਾਂਦੇ ਹੋ ਉਸ ਤੋਂ ਬਾਅਦ ਇੱਕ ਸਟicker ਜਿਹੜਾ ਉੱਤੇ ਲੱਗਦਾ ਜਾਂਦਾ ਜਿਹਦਾ ਮਤਲਬ ਤੁਸੀਂ ਕੈਨੇਡਾ ਦੇ ਵਿੱਚ ਬਾਇਓਮੈਟ੍ਰਿਕ ਦੇ ਦਿੱਤੇ ਨੇ ਵੀਜ਼ਾ ਰਿਜ਼ਲਟ ਤੁਹਾਡਾ ਨੈਗੇਟਿਵ ਆਇਆ ਹੈ ਤੁਸੀਂ ਦੁਬਾਰਾ ਹੁਣ ਫਾਈਲ ਲਾਣ ਜਾ ਰਹੇ ਕਿੱਥੇ ਸ਼ੈਨਗਨ ਦੇ ਵਿੱਚ ਸ਼ੈਨਗਨ 'ਚ ਤੁਸੀਂ ਫਾਈਲ ਕੀ ਲਾਈ ਹੈ ਤੁਸੀਂ ਇਹ ਸਟicker ਜਿਹੜਾ ਹੈ ਉਹ ਪਿੱਛੇ ਜਿਹੜੇ ਲੱਗਾ ਹੋਇਆ ਚਿੱਟ ਲੱਗੀ ਹੋਈ ਹੈ ਤੁਸੀਂ ਇਹਨੂੰ ਲਾਣਾ ਭੁੱਲ ਗਏ ਤੁਸੀਂ ਇਹਨੂੰ ਨਹੀਂ ਲਾਇਆ ਤੁਸੀਂ ਐਵੇਂ ਹੀ ਸਬਮਿਟ ਕਰਤਾ ਸ਼ੈਨਗਨ ਦੇ ਵਿੱਚ ਤੇ ਸ਼ੈਨਗਨ 'ਚ ਜਦੋਂ ਇਹ ਪਾਸਪੋਰਟ ਜਾਣਾ ਜਦੋਂ ਵੀਜ਼ਾ ਆਫਸਰ ਨੇ ਉਸ ਵੱਲ ਦੇਖਣਾ ਉਹਨੂੰ ਪਤਾ ਲੱਗ ਜਾਣਾ ਕਿ ਇਹ ਫਾਈਲ ਜਿਹੜੀ ਹੈ ਕੈਨੇਡਾ ਦੀ ਐਮਬੈਸੀ ਵਿੱਚੋਂ ਹੋ ਕੇ ਆਈ ਹੈ ਇਹ ਪਾਸਪੋਰਟ ਜਾ ਚੁੱਕਿਆ ਐਂਬੈਸੀ ਦੇ ਵਿੱਚ ਇੱਕ VFS ਚ ਜਾ ਚੁੱਕਿਆ ਹੈ ਤੇ ਬਟ ਇਥੇ ਸਟicker ਨਹੀਂ ਹੈਗਾ ਕੈਨੇਡਾ ਦਾ ਇਹਦਾ ਮਤਲਬ ਤੁਹਾਡੀ ਰਿਫਿਊਜ਼ਲ ਹੈ ਤੁਹਾਡੀ ਫਾਈਲ ਗਈ ਸੀਗੀ UK ਦੇ ਵਿੱਚ UK ਦੀ VFS ਦੇ ਵਿੱਚ ਇਹ ਸਟicker ਲੱਗ ਗਿਆ ਉਸ ਤੋਂ ਬਾਅਦ ਤੁਸੀਂ ਸ਼ੈਂਗਨ ਚ ਫਾਈਲ ਸਬਮਿਟ ਕੀਤੀ ਹੈ ਸਟicker ਲਾਣਾ ਭੁੱਲ ਗਏ ਥੈਨ ਪਤਾ ਲੱਗ ਜਾਣਾ ਕਿ ਤੁਸੀਂ UK ਦੀ ਜਿਹੜੀ ਹੈ ਰਿਫਿਊਜ਼ਲ ਲੈ ਕੇ ਬੈਠੇ ਹੋਇਓ ਤੁਸੀਂ 에어ਪੋਰਟ ਤੇ ਟ੍ਰੈਵਲ ਕਰਦੇ ਹੋ ਜਦੋਂ ਤੁਸੀਂ ਟਰੈਵਲ ਕਰਦੇ ਹੋ ਤੁਸੀਂ ਇਮੀਗ੍ਰੇਸ਼ਨ 'ਚ ਪਹੁੰਚਦੇ ਹੋ ਉਸ ਕੰਟਰੀ ਦੇ ਵਿੱਚ ਉਹ ਕੰਟਰੀ ਦੇਖਦੀ ਹੈ ਕਿ ਜਦੋਂ ਸਾਡੇ ਕੋਲ ਫਾਈਲ ਲਾਈ ਸੀ ਉਦੋਂ ਨਹੀਂ ਦੱਸਿਆ ਕਿ ਰਿਫਿਊਜ਼ਲ ਜਿਹੜੀ ਹੈ ਯੂਕੇ ਤੋਂ ਜਾਂ ਸ਼ੇਨਗਨ ਤੋਂ ਹੈਗੀ ਹੈ ਜਾਂ ਫਿਰ ਕਿਸੇ ਹੋਰ ਕੰਟਰੀ ਤੋਂ ਹੈਗੀ ਹੈ ਪਰ ਸਟicker ਪਿੱਛੇ ਲੱਗਾ ਜਿਹੜਾ ਦੱਸ ਰਿਹਾ ਕਿ ਤੁਸੀਂ ਰਿਫਿਊਜ਼ ਹੋਏ ਹੋ ਜੇ ਤਾਂ ਤੁਹਾਡਾ ਸਟicker ਲੱਗਾ ਵਿੱਚ ਵੀਜ਼ਾ ਹੈਗਾ ਫਿਰ ਤਾਂ ਕੋਈ ਗੱਲ ਨਹੀਂ ਕਿਉਂਕਿ ਉਹਦਾ ਮਤਲਬ ਹੈ ਕਿ ਤੁਹਾਨੂੰ ਵੀਜ਼ਾ ਮਿਲਿਆ ਹੈ ਉਹ ਤੁਸੀਂ ਨਈ ਵੀ ਲਾਇਆ ਕੋਈ ਗੱਲ ਨਹੀਂ ਹੈਗੀ ਬਟ ਇਹਨੂੰ ਰੱਖਣ ਦਾ ਕੋਈ ਮਤਲਬ ਨਹੀਂ ਹੈਗਾ ਤੁਸੀਂ ਇਹਨੂੰ ਲਾ ਕੇ ਰੱਖੇ ਦਾ ਕੋਈ ਲੈਣ ਦੇਣ ਹੈ ਹੀ ਨਹੀਂ ਹੈ ਇਹ ਤਾਂ ਜਸਟ ਉਸ ਟਾਈਮ ਲਾਇਆ ਗਿਆ ਤੁਸੀਂ ਇਹਨੂੰ ਸੰਭਾਲ ਕੇ ਰੱਖਣ ਵਾਲਾ ਇਹਦੇ ਵਿੱਚ ਕੋਈ ਤਕ ਹੈ ਹੀ ਨਹੀਂਗਾ ਜਦੋਂ ਵੀ ਤੁਹਾਡਾ VFS ਤੋਂ ਪਾਸਪੋਰਟ ਵਾਪਸ ਹੁੰਦਾ ਭਾਵੇਂ ਵੀਜ਼ਾ ਲੱਗ ਗਿਆ ਆ ਭਾਵੇਂ ਰਿਫਿਊਜ਼ ਆਇਆ ਇਹਨੂੰ ਲਾ ਕੇ ਰੱਖ ਦਿਓ ਇਹਨੂੰ ਲਾ ਕੇ ਰੱਖਣ ਦਾ ਕੋਈ ਫਾਇਦਾ ਨਹੀਂ ਹੈ ਕਿ ਕਿਉਂਕਿ ਇਹਨੂੰ ਲਾ ਕੇ ਰੱਖੋ ਕਿ ਕੀ ਕਰੋਗੇ ਕੋਈ ਇਸੇ ਕੰਮ ਦਾ ਨਹੀਂ ਹੈ ਕਿਸੇ ਨੇ ਤੁਹਾਨੂੰ ਨਹੀਂ ਪੁੱਛਣਾ ਕਿਉਂ ਉਤਾਰਿਆ ਬਟ ਇਹਨੂੰ ਰੱਖਣ ਦਾ ਕੋਈ ਫਾਇਦਾ ਨਹੀਂ ਜੇ ਤੁਹਾਡੇ ਪਾਸਪੋਰਟ ਦੇ ਪਿੱਛੇ ਇਹ ਚਿੱਟ ਲੱਗੀ ਹੋਈ ਹੈ ਇਹਨੂੰ ਉਤਾਰ ਕੇ ਹੁਣੇ ਤੋਂ ਰੱਖ ਲਓ ਕਿਉਂਕਿ ਇਹ ਅਦਰਵਾਈਜ਼ ਤੁਹਾਡੇ ਲਈ ਪ੍ਰੋਬਲਮ ਕ੍ਰੀਏਟ ਕਰ ਸਕਦਾ ਪਰ ਮੇਰੀ ਪਹਿਲੀ ਗੱਲ ਮੇਰੀ ਇਹੀ ਹੈ ਕਿ ਜਿਹੜੀ ਵੀ ਕੰਟਰੀ ਚ ਫਾਇਲ ਲਾਣ ਜਾ ਰਹੇ ਹੋ ਤੁਸੀਂ ਪਹਿਲਾਂ ਜਰੂਰ ਦੱਸੋ ਰਿਫਿਊਜ਼ਲ ਤੁਹਾਡੀ ਹੈ ਜਾਂ ਨਹੀਂ ਬਟ ਕੁਝ ਕੰਟਰੀਜ਼ ਰਿਫਿਊਜ਼ਲ ਨਹੀਂ ਪੁੱਛਦੀਆਂ ਜਿਵੇਂ ਸ਼ੈਨਗਨ ਨਹੀਂ ਪੁੱਛਦੀ ਕਿ ਕਿਸੇ ਹੋਰ ਕੰਟਰੀ ਜੇ ਤੁਸੀ ਰਿਫਿਊਜ਼ ਹੋ ਜਾਂ ਨਹੀਂ ਉਹਨਾਂ ਨੇ ਪੁੱਛਿਆ ਨਹੀਂ ਤਾਂ ਅਸੀਂ ਦੱਸਾਂਗੇ ਕਿਉਂ ਦੱਸਣ ਦਾ ਕੋਈ ਤਕ ਵੀ ਨਹੀਂ ਬਣਦਾ ਅਸੀਂ ਕਿਉਂ ਦੱਸੀਏ ਬਟ ਜਿਸ ਤਾ ਤੁਹਾਡੀ ਰਿਫਿਊਜ਼ਲ ਹੈ ਪਿੱਛੇ ਐਵੇਂ ਦਾ ਸਟicker ਲੱਗਾ ਹੈ ਤੈਨੂੰ ਉਤਾਰ ਦੋ ਕਿਉਂਕਿ ਉਹਦਾ ਇੱਕ ਨੈਗੇਟਿਵ ਇੰਪੈਕਟ ਜਾ ਸਕਦਾ ਹੈ ਕਿਉਂਕਿ ਉਹਨਾਂ ਨੇ ਪੁੱਛਿਆ ਨਹੀਂ ਜੇ ਕੱਲ ਨੂੰ ਫਿਰ ਵੀ ਉਹਨਾਂ ਨੂੰ ਪਤਾ ਲੱਗ ਜਾਏ ਕਿ ਯੂਕੇ ਤੋਂ ਰਿਫਿਊਜ਼ ਹੈ ਤਾਂ ਕੋਈ ਗਲਤ ਨਹੀਂ ਹੋਣ ਵਾਲਾ ਕਿਉਂਕਿ ਉਹਨਾਂ ਨੇ ਪੁੱਛਿਆ ਨਹੀਂ ਤੁਸੀਂ ਦੱਸਿਆ ਨਹੀਂ ਕਿ ਤੁਸੀਂ ਕੋਈ ਗਲਤ ਨਹੀਂ ਕੀਤਾ ਬਟ ਜੋ ਪਹਿਲਾਂ ਹੀ ਦਿਸ ਰਿਹਾ ਉਹ ਜਾ ਰਿਹਾ ਤੇ ਤਾਂ ਮਤਲਬ ਹੈ ਕਿ ਤੁਸੀਂ ਇੱਕ ਨੈਗੇਟਿਵ ਇਮਪੈਕਟ ਜਿਹੜਾ ਵੀਜ਼ਾ ਆਫੀਸਰ ਤੇ ਪਾ ਰਹੇ ਜਿਸ ਦੇ ਕਰਕੇ ਤੁਹਾਨੂੰ ਰਿਫਿਊਜ਼ਲ ਦੇਖਣੀ ਪੈ ਸਕਦੀ ਹੈ ਤੇ ਜੇ ਐਵੇਂ ਦੀ ਚਿੱਟ ਤੁਹਾਡੇ ਪਾਸਪੋਰਟ ਤੇ ਹੈਗੀ ਹੈ ਇਹਨੂੰ ਉਤਾਰ ਕੇ ਰੱਖੋ ਨੈਕਸਟ ਟਾਈਮ ਜਦੋਂ ਅਪਲਾਈ ਕਰਦੇ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਤੁਹਾਡੀ ਇਸ ਕਰਕੇ ਰਿਫਿਊਜ਼ਲ ਨਾ ਆਵੇ ਐਵੇਂ ਦੀ ਹੋਰ ਵੀਡੀਓਜ਼ ਦੇਖਣੀਆਂ ਹੋਣ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ 'ਚ ਸਤਿ ਸ਼੍ਰੀ ਅਕਾਲ